ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਅਤੇ ਮੈਂ ਤੁਹਾਡਾ ਆਪਣਾ ਸਾਹਿਲ ਮਰਾ। ਦੋਸਤੋ, ਸਾਡਾ ਪੰਜਾਬ ਜੋ ਧਰਤੀ ਦਿੱਤੀ ਫਕੀਰਾਂ ਦੀ ਧਰਤੀ, ਔਰ ਸਭ ਤੋਂ ਵੱਡੀ ਗੱਲ ਹੈ ਜੋ ਸਾਡਾ ਚੈਨਲ ਕਹਿੰਦੇ ਖੱਟੀਆਂ ਮਿੱਠੀਆਂ ਯਾਦਾਂ, ਖੱਟੀਆਂ ਮਿੱਠੀਆਂ ਯਾਦਾਂ ਉਹ ਜੋ ਸਾਡੇ ਨਾਲ ਬੀਤੀਆਂ ਨੇ, ਸਾਡੀ ਲਾਈਫ ਵਿੱਚ ਕਿਸ ਤਰ੍ਹਾਂ ਬੀਤਰੀਆਂ ਨੇ। ਅਤੇ ਅੱਜ ਅਸੀਂ ਪਹੁੰਚੇ ਹਾਂ ਅਮਿਤ ਧਰਮਕੋਟੀ ਜੀ, ਜੋ ਕਿ ਸੂਫੀ ਗਾਇਕ, ਔਰ ਲੁਧਿਆਣਾ ਕੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀ ਪੂਰੀ ਚਰਚਾ ਹੈ। ਬਹੁਤ ਅੱਛੇ ਗਾਏ ਨੇ, ਔਰ ਅੱਜ ਤੱਕ ਜਿੰਨੇ ਵੀ ਲਾਈਵ ਸਟੇਜਾਂ ਦੇਖੀਆਂ ਅਤੇ ਇਹਨਾਂ ਦੀ ਪ੍ਰਮੋਸ਼ਨ ਪਰਫੋਰਮੈਂਸ ਬਹੁਤ ਅੱਛੀ ਰਹੀ ਹੈ। ਅਤੇ ਮੈਂ ਅਮਿਤ ਜੀ ਨਾਲ ਗੱਲਬਾਤ ਕਰਦਾ ਵਾਂ ਕਿ ਜਦੋਂ ਇਹਨਾਂ ਦੀ ਸ਼ੁਰੂਆਤ ਹੋਈ ਕਿਸ ਤਰ੍ਹਾਂ ਹੋਈ ਸੀਗੀ, ਉਹ ਸਾਡੇ ਚੈਨਲ ਨਾਲ ਸਾਂਝਾ ਕਰਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਮੇਜ਼ਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ, ਜਿਹੜੇ ਕਿ USA ਦੇ ਵਿੱਚ ਅਮੇਜ਼ਿੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਖਾਸ ਤੌਰ 'ਤੇ ਥੈਂਕਸ ਕਰਦਾ ਮੈਂ ਆਪਣੇ ਭਾਈ ਸਾਹਿਬ ਸਾਹਿਲ ਮਹਿਰਾ ਜੀ, ਜਿਹੜੇ ਕਿ ਬਹੁਤ ਵੱਡੀ ਮੁਸ਼ੱਕਤ ਕਰਕੇ ਬਹੁਤ ਸਾਰੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਉਂਦੇ ਨੇ, ਬਹੁਤ ਮਿਹਨਤ ਕਰਦੇ ਨੇ। ਔਰ ਖਾਸ ਤੌਰ 'ਤੇ ਮੇਰੇ ਵੱਲੋਂ ਬਹੁਤ ਬਹੁਤ ਥੈਂਕਸ ਹੈ USA ਦੇ ਵਿੱਚ ਜਿਹੜੇ ਅਮੇਜ਼ਿੰਗ ਟੀਵੀ ਦੇ ਪ੍ਰਮੁੱਖ ਨੇ ਵਰਿੰਦਰ ਭਾਅ ਜੀ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਥੈਂਕਸ ਹੈ। ਸੋ ਮੈਂ ਦੱਸਣਾ ਚਾਹਾਂਗਾ, ਮੈਂ ਬਚਪਨ ਤੋਂ ਆਪਣੀ ਇਸ ਕਲਾਕਾਰ ਲਾਈਨ ਦੇ ਵਿੱਚ, ਮੇਰੇ ਫਾਦਰ ਸਾਹਿਬ ਪਹਿਲਾਂ ਗਾਇਆ ਕਰਦੇ ਸੀ। ਸਰ, ਮੈਂ ਪੁੱਛਣਾ ਤੁਸੀਂ ਕਿੱਥੇ ਦੇ ਰਹਿਣ ਵਾਲੇ? ਅਸੀਂ ਪ੍ਰੋਪਰ ਵੈਸੇ ਨਵਾਂਸ਼ਹਿਰ ਦੇ ਰਹਿਣ ਵਾਲੇ ਹਾਂ। ਸਾਨੂੰ ਲੁਧਿਆਣੇ ਆਇਆ ਨੂੰ 20-22 ਸਾਲ ਹੋ ਗਏ, ਪ੍ਰੋਪਰ ਅਸੀਂ ਨਵਾਂਸ਼ਹਿਰ ਦੇ ਰਹਿਣ ਵਾਲੇ। ਅਤੇ ਤੁਹਾਡੀ ਸ਼ੁਰੂਆਤ ਕਦੋਂ ਹੋਈ ਸੀ? ਮੈਂ 7-8 ਸਾਲ ਦਾ ਸੀਗਾ ਸ਼ੁਰੂ ਤੋਂ। ਮੇਰੇ ਪਾਪਾ ਗਾਇਆ ਕਰਦੇ ਸੀ, ਜਾਗਰਣ ਕਰਦੇ ਸੀ ਮੇਰੇ ਪਾਪਾ, ਮੇਰੇ ਤਾਇਆ ਜੀ, ਉਹਨਾਂ ਨੂੰ ਵੇਖ ਵੇਖ ਕੇ ਬਸ ਮੈਨੂੰ ਸ਼ੌਂਕ ਹੋ ਗਿਆ ਅਤੇ ਮੈਂ ਇਸ ਲਾਈਨ ਦੇ ਵਿੱਚ ਆ ਗਿਆ। ਅਤੇ ਅਮਿਤ ਜੀ, ਮੈਂ ਹਮੇਸ਼ਾ ਤੁਹਾਡੇ ਜਾਗਰਣ ਦੇਖੇ ਆ, ਤੁਸੀਂ ਬਹੁਤ ਅੱਛੇ ਗਾਉਂਦੇ ਹੋ। ਜਦੋਂ ਅਸੀਂ ਦੇਖਦੇ ਹਾਂ ਕਿ ਵਾਕਈ ਸਿੰਗਰ ਬਹੁਤ ਅੱਛੇ ਗਾਉਂਦੇ, ਹੈ ਨਾ? ਅਤੇ ਮੈਂ ਚਾਹੁੰਦਾ ਕਿ ਜਿਹੜੀ ਤੁਹਾਡੀ ਕੋਈ ਪਹਿਲੀ ਕੈਸਟ ਆਈ ਹੈ, ਤੁਸੀਂ ਉਹਦੇ ਬਾਰੇ 2 ਲਾਈਨਾਂ ਸਾਡੇ ਸਾਂਝਾ ਕਰੋ। ਕੈਸਟਾਂ ਤਾਂ ਬਹੁਤ ਹੈ ਮੇਰੀ ਲਾਈਫ ਦੇ ਵਿੱਚ, ਬਹੁਤ ਕਾਫੀ ਜਾਣਿਆਂ ਦਾ ਬਹੁਤ ਅਹਿਮ ਰੋਲ ਹੈ। ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਕੈਸਟਾਂ, ਕਿ ਤੁਸੀਂ ਸਾਰੇ ਜਾਣਦੇ ਹੋ ਅਸ਼ਵਨੀ ਵਰਮਾ ਜੀ, ਮੇਰੇ ਮਾਮਾ ਜੀ ਨੇ, ਉਹਨਾਂ ਨੇ ਮੇਰੇ 'ਤੇ ਪਿਆਰ ਭਰਿਆ ਆਸ਼ੀਰਵਾਦ, ਮੇਰੇ 'ਤੇ ਸਿਰ ਦੇ ਉੱਤੇ ਹੱਥ ਰੱਖਿਆ, ਬਹੁਤ ਕੈਸਟਾਂ ਮੇਰੀਆਂ ਉਹਨਾਂ ਨਾਲ ਆਈਆਂ। ਉਸ ਤੋਂ ਬਾਅਦ ਦੌਰ ਚੱਲਦਾ ਰਿਹਾ, ਬੜੇ ਬੰਦਿਆਂ ਦੇ ਰੋਲ ਹੈ, ਜਿਸ ਦੇ ਵਿੱਚੋਂ ਕਿ ਮੇਨ ਮੇਰੀ ਜਿਹੜੀ ਲਾਈਫ ਦੇ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਮੇਰੀ ਐਲਬਮ ਹੈ, ਉਹ ਹੈ ਵਿਛੋੜਾ ਸਾਈਂ ਦਾ, ਗੋਦਰ ਵਾਲੇ ਸਾਈ ਲਾਡੀ ਸ਼ਾਹ ਸਰਕਾਰ, ਉਹਨਾਂ ਦੇ ਚਰਨਾਂ 'ਚ ਮੇਰੀ ਇੱਕ ਐਲਬਮ ਆਈ ਸੀ, ਜਿਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਸਾਹਿਲ ਮਹਿਰਾ ਜੀ ਨੇ ਵੀ ਸਾਡੇ ਨਾਲ ਬਤੌਰੇ ਉੱਥੇ ਕੰਮ ਕੀਤਾ ਹੈ, ਸਾਈਂ ਜੀ ਦੇ ਚਰਨਾਂ 'ਚ ਹਾਜ਼ਰੀ ਲਗਵਾਈ ਹੈ। ਉਸ ਕੈਸਟ ਨੇ ਮੈਨੂੰ ਬਹੁਤ ਰੰਗ ਭਾਗ ਲਾਏ, ਸਾਈਂ ਜੀ ਦਾ ਆਸ਼ੀਰਵਾਦ ਮਿਲਿਆ, ਸਾਰੇ ਲੋਕਾਂ ਦਾ ਆਸ਼ੀਰਵਾਦ ਮਿਲਿਆ। ਸੋ ਹੋਰ ਵੀ ਅੱਗੇ ਹੁਣ ਬਹੁਤ ਕੁਛ ਚੱਲਦਾ ਜਾ ਰਿਹਾ ਹੈ। ਅਤੇ ਤੁਸੀਂ ਉਹ ਕੈਸਟ ਦੀਆਂ 2 ਲਾਈਨਾਂ, ਮਤਲਬ 2 ਲਾਈਨਾਂ ਸਾਨੂੰ ਸੁਣਾਓ, ਤਾਂ ਕਿ ਸਾਡੇ ਦਰਸ਼ਕ ਜੋ ਬਾਹਰ ਬੈਠੇ ਆ ਉਹ ਵੀ ਇਸ ਚੀਜ਼ ਦਾ ਮਨੋਰੰਜਨ ਲੈਣ। ਜੀ, ਉਹਦੇ ਵਿੱਚ ਇੱਕ ਮੈਂ ਖਾਸ ਤੌਰ 'ਤੇ ਸਾਈਂ ਜੀ ਦੇ ਚਰਨਾਂ 'ਚ ਇੱਕ ਮੈਂ ਆਪਣੀ ਜ਼ਿੰਦਗੀ ਦੇ ਅਹਿਮ ਰੱਖਦੇ ਹੋਏ ਮੈਂ ਇੱਕ ਚੀਜ਼ ਗਾਈ ਸੀ, ਉਹਦੇ 'ਚ ਗਾਇਆ ਸੀਗਾ ਕਿ ਜਦੋਂ ਦਿਨ ਸਾਡੇ 'ਤੇ ਮਾੜੇ ਸੀ, ਵੱਟੇ ਕਈਆਂ ਨੇ ਸਾਥੋਂ ਕਿਨਾਰੇ ਸੀ, ਜਦੋਂ ਦਿਨ ਸਾਡੇ 'ਤੇ ਮਾੜੇ ਸੀ, ਵੱਟੇ ਕਈਆਂ ਨੇ ਸਾਥੋਂ ਕਿਨਾਰੇ ਸੀ, ਅੱਜ ਗੁੱਡੀ ਅਸਮਾਨੀ ਚੜ ਗਈ ਏ, ਗੁੱਡੀ ਅਸਮਾਨੀ ਚੜ ਗਈ ਏ, ਕੱਟਣੇ ਨੂੰ ਫਿਰਦੇ ਨੇ, ਜਿਹਦੇ ਸਿਰ 'ਤੇ ਹੋਵੇ ਹੱਥ ਸਾਈਂ ਦਾ, ਉਹ ਕਿੱਥੇ ਗਿਰਦੇ ਨੇ, ਸਿਰ 'ਤੇ ਹੋਵੇ ਹੱਥ ਸਾਈਂ ਦਾ, ਉਹ ਕਿੱਥੇ ਗਿਰਦੇ ਨੇ। ਵਾਹ ਜੀ, ਬਹੁਤ ਸੋਹਣਾ ਬੋਲਿਆ ਜੀ। ਜਿਹਦੇ ਸਿਰ 'ਤੇ ਹੋਏ ਹੱਥ ਸਾਈਂ ਦਾ, ਉਹ ਕਿੱਥੇ ਗਿਰਦੇ ਨੇ, ਉਹ ਵਾਕਈ ਗੱਲ ਇਹ ਕਹਿੰਦੇ ਜਦੋਂ ਪਰਮਾਤਮਾ 'ਤੇ ਇੱਕ ਡੋਰੀਆਂ ਸਿੱਟੀਆਂ ਜਾਂਦੀਆਂ ਤਾਂ ਫਿਰ ਉਹੀ ਜਾਣਦਾ ਕਿਸ ਤਰ੍ਹਾਂ ਲਹਿਰੇ ਵਹਿਰੇ ਕਰਦੇ ਨੇ। ਅਤੇ ਸਰ, ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੀ ਜ਼ਿੰਦਗੀ ਵਿੱਚ ਕਦੀ ਕੋਈ ਇਸ ਤਰ੍ਹਾਂ ਦੀ ਘਟਨਾ ਵੀ ਕੋਈ ਆਈ ਇਸ ਲਾਈਨ 'ਚ? ਜੀ ਬਿਲਕੁਲ, ਘਟਨਾ ਆਈ ਸੀ ਅੱਜ ਤੋਂ 4-5 ਸਾਲ ਪਹਿਲਾਂ, ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਅਤੇ ਜਦੋਂ ਕਿ ਮੈਨੂੰ ਕਿ ਮੈਂ ਕਾਫੀ ਦੇਰ ਕੋਮਾ ਦੇ ਵਿੱਚ ਵੀ ਰਿਹਾ, ਸਾਰਾ ਪੰਜਾਬ ਜਾਣਦਾ ਹੈ, ਅਤੇ ਬਹੁਤ ਸਾਰੀਆਂ ਬਲੈਸਿੰਗ ਹੈ ਮੇਰੇ ਦੋਸਤਾਂ ਦੀਆਂ, ਮੇਰੇ ਫਰੈਂਡਸ ਦੀਆਂ, ਸਾਰੇ ਦਰਸ਼ਕਾਂ ਦੀਆਂ। ਖਾਸ ਤੌਰ 'ਤੇ ਬਲੈਸਿੰਗ ਹੈ ਸਾਨੂੰ ਸੰਤਾਂ ਫਕੀਰਾਂ ਦੀਆਂ, ਜਿਨ੍ਹਾਂ ਦੇ ਦਰਬਾਰਾਂ 'ਤੇ ਅਸੀਂ ਜਾ ਕੇ ਗਾਉਂਦੇ ਹਾਂ, ਜਾਗਰਣ ਕਰਦੇ ਹਾਂ ਮਹਾਮਾਈ ਦੇ। ਔਰ ਸਾਰਿਆਂ ਦੀ ਬਲੈਸਿੰਗ ਦੇ ਕਰਕੇ ਮੈਂ ਦੁਬਾਰਾ ਬਚ ਗਿਆ, ਨਹੀਂ ਤਾਂ ਮੈਂ ਤਾਂ ਬਿਲਕੁਲ ਡੈਡ ਹੀ ਸੀ। ਬਸ ਇਹਨਾਂ ਦਰਬਾਰਾਂ ਦੀ ਬਦੌਲਤ, ਇਹਨਾਂ ਸਰਕਾਰਾਂ ਦੀ ਬਦੌਲਤ, ਇਹਨਾਂ ਦਰਸ਼ਕਾਂ ਦੀ ਬਦੌਲਤ, ਮਹਾਮਾਈ ਦੀ ਬਦੌਲਤ, ਪੌਣਾ ਹਾਰੀ ਬਾਬਾ ਜੀ ਦੀ ਬਦੌਲਤ, ਔਰ ਭੋਲੇਨਾਥ ਜੀ ਦੀ ਮਹਿਮਾ ਅਪਰੰਪਾਰ ਹੈ, ਉਹਨਾਂ ਦੀ ਅਨੇਕਾਂ ਹੀ ਭਜਨ ਨੇ ਜਿਹੜੇ ਅਸੀਂ ਗਾਉਂਦੇ ਹਾਂ। ਉਹਨਾਂ ਦੇ ਵਿੱਚੋਂ ਇੱਕ ਮੈਨੂੰ ਬਹੁਤ ਪੁਰਾਣਾ ਭਜਨ ਯਾਦ ਹੈ, ਜਿਹੜੇ ਕਿ ਖਾਸ ਤੌਰ 'ਤੇ ਭੋਲੇ ਸ਼ੰਕਰ ਜੀ ਦੀ ਬਰਾਤ ਨੂੰ ਲੈ ਕੇ ਗਾਉਂਦੇ ਹਾਂ ਅਸੀਂ ਸਾਰੇ ਜਾਣੇ, ਉਹ ਗਾਉਂਦੇ ਹਾਂ
ओ पार्वती दे बूहे अगे शिवा ने बिगल बजाया, ओ पार्वती दे बूहे अगे शिवा ने बिगल बजाया, गौरां दा नी देखो लाड़ा, ओ चढ़ बैल ते आया, चढ़ बैल ते आया। ਇਹਦਾ ਬਹੁਤ ਸਾਰੇ ਭਜਨ ਨੇ ਜਿਹੜੇ ਗਾਉਂਦੇ ਰਹਿੰਦੇ ਹਾਂ ਆਪਾਂ ਸਾਰੇ। ਠੀਕ ਹੈ ਜੀ। ਅਤੇ ਸ਼੍ਰੀ ਜੋਗੀ ਬਾਬਾ ਬਾਲਕਨਾਥ ਦੀਆਂ ਅਸੀਂ ਤੁਹਾਡੇ ਭਜਨ ਸੁਣਿਆ, ਇੱਕ ਪਿੱਛੇ ਗਾਇਆ ਵੀ ਸੀਗਾ ਯੂਟਿਊਬ 'ਤੇ ਅਸੀਂ ਦੇਖਿਆ ਜੀ, ਮੈਂ ਚਾਹੁੰਦਾ ਕਿ ਉਹ ਵੀ ਦੋ ਲਾਈਨਾਂ ਆਪਣੇ ਬਾਬਾ ਬਾਲਕਨਾਥ ਜੀ ਜੋ ਵੀ ਸੁਣਾਓ ਸਕਦੇ। ਬਿਲਕੁਲ ਜੀ, ਮੇਰਾ ਹੁਣ ਟੀਸਰੀਜ਼ ਕੰਪਨੀ ਵੱਲੋਂ ਆਇਆ ਸੀ ਮੁਖੜਾ ਜੋਗੀ ਦਾ, ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਹੁਣ ਬਹੁਤ ਹੀ ਜਲਦ ਟੀਸਰੀਜ਼ ਕੰਪਨੀ ਵੱਲੋਂ ਮੇਰਾ ਸਾਈਂ ਲਾਡੀ ਸ਼ਾਹ ਸਰਕਾਰ ਦਾ ਇੱਕ ਨਿਊ ਮੇਰੀ ਸੂਫੀ ਕਲਾਮ ਆ ਰਿਹਾ ਹੈ, ਇੱਕ ਚਿਮਟਾ ਅਤੇ ਗਾਸਾ ਜਿਹਨੂੰ ਲਿਖਿਆ ਹੈ ਚਮਕੌਰ ਨੇ, ਔਰ ਬਹੁਤ ਜਲਦ ਇੱਕ ਭਜਨ ਤੁਸੀਂ ਸਾਰਿਆਂ ਨੇ ਸੁਣਿਆ ਹੈ ਕਿ ਬਾਬਾ ਤੇਰੇ ਝੰਡੇ ਨੂੰ ਸਿਤਾਰੇ ਲੱਗੇ ਹੋਏ ਨੇ, ਹੁਸ਼ਿਆਰਪੁਰ ਤੋਂ ਜੋਰਾ ਭਾਜੀ ਜੋਰਾ ਡੱਕੋ ਵਾਲੀ ਆ ਜੀ, ਉਹਨਾਂ ਦੀ ਨਵੀਂ ਇੱਕ ਕਲਮ ਤੋਂ ਬਹੁਤ ਸਾਰੇ ਭਜਨ ਨਵੇਂ ਹੈ ਜਿਹੜੇ ਬਾਬਾ ਜੀ ਦੇ, ਉਹ ਤੁਹਾਡੇ ਸਾਰਿਆਂ ਦੇ ਰੂਬਰੂ ਕਰਾਂਗੇ। ਤੋ ਵੈਸੇ ਫਿਲਹਾਲ ਮੇਰੇ ਇੱਕ ਪਾਪਾ ਦਾ ਬਹੁਤ ਪੁਰਾਣਾ ਭਜਨ ਹੈ ਜਿਹੜਾ ਤੁਸੀਂ ਸੁਣਿਆ ਸਾਰਿਆਂ ਨੇ, ਉਹ ਹੈ ਉਹ ਮੈਨੂੰ ਖਿੱਚ ਕੇ ਲਿਆਇਆ ਤੇਰਾ ਪਿਆਰ ਵੇ, ਉਹ ਜੰਗਲਾਂ 'ਚ ਰਹਿਣ ਵਾਲਿਆ ਆਈ ਛੱਡ ਕੇ ਮੈਂ ਸਾਰਾ ਸੰਸਾਰ ਵੇ, ਜੰਗਲਾਂ 'ਚ ਰਹਿਣ ਵਾਲਿਆ ਮੈਨੂੰ ਖਿੱਚ ਕੇ ਲਿਆਇਆ ਤੇਰਾ ਪਿਆਰ ਵੇ, ਉਹ ਜੰਗਲਾਂ 'ਚ ਰਹਿਣ ਵਾਲਿਆ। ਬਹੁਤ ਸੋਹਣਾ ਜੀ। ਅਮਿਤ ਜੀ, ਅੱਜ ਕੱਲ੍ਹ ਕਹਿੰਦੇ ਜਾਗਰਣ ਜਦੋਂ ਆਪਾਂ ਕਰਨ ਜਾਂਦੇ ਹਾਂ ਨਾ, ਅਤੇ ਕਈ ਮੈਂ ਇਸ ਤਰ੍ਹਾਂ ਸਿੰਗਰ ਦੇਖੇ ਨੇ ਘਰੇ ਮਾਂ ਨਾਲ ਲੜਕੇ ਜਾਂਦੇ ਆ ਅਤੇ ਉੱਥੇ ਜਾਗਰਣ ਕਰਦੇ ਆ, ਕੀ ਉਹਨਾਂ ਦਾ ਜਾਗਰਣ ਸਫਲ ਹੁੰਦਾ? ਬਿਲਕੁਲ ਜੀ, ਬਿਲਕੁਲ ਨਹੀਂ। ਕਦੀ ਵੀ ਜਿਹੜਾ ਆਪਣੇ ਮਾਂ ਬਾਪ ਨਾਲ ਲੜਕੇ ਜਾਂਦਾ ਹੈ ਇਸ ਕੰਮ ਦੇ ਉੱਤੇ, ਮੈਨੂੰ ਤਾਂ ਸੰਤ ਫਕੀਰਾਂ ਨੇ ਵੱਡਿਆਂ ਨੇ ਇਹੀ ਦੱਸਿਆ ਕਿ ਉਸ ਬੰਦੇ ਦਾ ਇਸ ਦੁਨੀਆ 'ਤੇ ਜੰਮਣਾ ਬੇਕਾਰ ਗੱਲ ਹੈ, ਜਿਹੜਾ ਬੰਦਾ ਆਪਣੇ ਮਾਂ ਬਾਪ ਨੂੰ ਖੁਸ਼ ਨਹੀਂ ਕਰ ਸਕਦਾ, ਜਿਹਨੇ ਆਪਣੇ ਮਾਂ ਬਾਪ ਨੂੰ ਦੁਖੀ ਕੀਤਾ ਹੈ ਤਾਂ ਉਹ ਸਾਰੇ ਜਹਾਨ ਵਿੱਚ ਦੁਖੀ ਦੁਖੀ ਹੈ, ਚਾਹੇ ਉਹ ਕਿਤੇ ਵੀ ਚੱਲ ਜਾਵੇ, ਚਾਹੇ ਉਹ ਜਾਗਰਣ 'ਤੇ ਚੱਲ ਜਾਵੇ, ਚਾਹੇ ਗੁਰਦੁਆਰੇ ਚੱਲ ਜਾਵੇ, ਮੰਦਰ ਚੱਲ ਜਾਵੇ, ਮਸੀਤ ਚੱਲ ਜਾਵੇ, ਕਿਤੇ ਵੀ ਚੱਲ ਜਾਵੇ, ਉਹ ਬੰਦਾ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੁੰਦਾ ਜਿਹਨੇ ਆਪਣੇ ਮਾਂ ਬਾਪ ਨੂੰ ਦੁਖੀ ਕੀਤਾ ਹੈ। ਸੋ ਮੇਰੇ ਕਹਿਣ ਦਾ ਮਤਲਬ ਹੈ ਸਭ ਤੋਂ ਵੱਡੀ ਪਦਵੀ ਆਪਣੇ ਮਾਂ ਬਾਪ ਦੀ ਹੈ। ਅਤੇ ਸਰ, ਸਾਡਾ ਜਿਹੜਾ ਚੈਨਲ ਵਿੱਚ ਮਤਲਬ ਕਿ ਸਭ ਤੋਂ ਸਾਡਾ ਇੰਟਰਵਿਊ ਦਾ ਮਕਸਦ ਇਹ ਹੁੰਦਾ ਕਿ ਜਿਹੜੇ ਪੰਜਾਬ ਸਾਡਾ ਬਦਨਾਮ ਹੋ ਗਿਆ ਨਸ਼ੇ ਨੂੰ ਲੈ ਕੇ, ਕਿ ਸਾਡੇ ਬਾਹਰ ਮੁਲਕ 'ਚ ਲੋਕ ਕਹਿੰਦੇ ਵੀ ਪੰਜਾਬ 'ਚ ਨਸ਼ਾ ਫੈਲ ਚੁੱਕਿਆ, ਪਰ ਨਹੀਂ, ਮੈਂ ਉਹਨਾਂ ਨੂੰ ਦੋਸਤਾਂ ਨੂੰ ਕਹਿਣਾ ਚਾਹੁੰਦਾ, ਦੇਖੋ ਸਾਡੇ ਵਰਗੇ ਪੰਜਾਬ ਦੇ ਐਡੇ ਵੱਡੇ ਹੀਰੇ ਵੀ ਬੈਠੇ ਨੇ ਜੋ ਅੱਜ ਕੱਲ੍ਹ ਆਪਣਾ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਵਾ, ਅਤੇ ਉਹ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੋ ਨਸ਼ੇ ਵੱਲ ਤੁਰ ਰਹੇ ਜੀ? ਬਸ ਜੀ, ਉਹਨਾਂ ਵਾਸਤੇ ਤਾਂ ਇਹੀ ਮੈਸੇਜ ਹੈ, ਜਿਹੜਾ ਜਿੱਦਾਂ ਦੇ ਕਰਮ ਕਰੇਗਾ ਉਹਨੂੰ ਫਲ ਤਾਂ ਫਿਰ ਇੱਥੇ ਹੀ ਮਿਲਣਾ ਹੈ। ਬਾਕੀ ਸਾਡੀ ਤਾਂ ਲਾਈਨ ਹੀ ਹੈ, ਸਾਨੂੰ ਕਹਿੰਦੇ ਨੇ ਸੂਫੀ ਗਾਇਕ, ਸੂਫੀ ਦਾ ਮਤਲਬ ਇਹ ਹੁੰਦਾ ਸੱਚ ਬੋਲਣਾ, ਸੂਫੀ ਦਾ ਮਤਲਬ ਇਹ ਹੈ ਕਿ ਸੱਚ ਬੋਲਣਾ, ਸੱਚ ਬੋਲਣ ਦੇ ਨਾਲ ਨਾਲ ਮੇਰਾ ਤਾਂ ਸਾਰਿਆਂ ਨੂੰ ਇੱਕੋ ਹੀ ਪੈਗਾਮ ਹੈ ਕਿ ਬੀਜੇ ਕਿੱਕਰਾਂ ਅਤੇ ਮੰਗੇ ਖੁਰਮਾਨੀਆਂ, ਦੱਸੋ ਮੂਰਖਾਂ ਦੀ ਹੋਰ ਕੀ ਨਿਸ਼ਾਨੀ। ਬਿਲਕੁਲ ਜੀ, ਬਿਲਕੁਲ। ਰੋਜ਼ ਝੂਠ ਦਾ ਵਪਾਰ ਜਿਹੜੇ ਲੋਕ ਕਰਦੇ, ਉਹੀਓ ਕਹਿਣ ਮੇਰੇ ਦਾਤਿਆ ਤੂੰ ਭੰਡਾਰ ਭਰਦੇ, ਕੀ ਉਹ ਜਾਣਦਾ ਨਹੀਂ ਤੇਰੀਆਂ ਸ਼ੈਤਾਨੀਆਂ? ਉਹ ਸਾਰਾ ਕੁਛ ਜਾਣਦੇ ਨੇ, ਉਹਨਾਂ ਨੂੰ ਸਾਰਾ ਕੁਛ ਪਤਾ ਹੈ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ, ਜਿਹੜਾ ਪੰਜਾਬ ਹੈ ਸਾਡਾ, ਇਹ ਸੋਨੇ ਦੀ ਚਿੜੀ ਹੈ, ਕਿਤੇ ਉਹ ਕਹਾਵਤ ਸੱਚ ਨਾ ਹੋ ਜਾਵੇ, ਮੇਰੇ ਭਾਰਤ ਕੀ ਹੈ ਮਾਂ ਕਿਆ ਅਜਬ ਕਹਾਣੀ ਹੈ, ਸੋਨੇ ਕੀ ਚਿੜੀ ਹੈ ਪਰ ਪੀਤਲ ਕਾ ਪਾਣੀ ਹੈ। ਵੀ ਪੰਜਾਬ ਜਿਹੜੀ ਸੋਨੇ ਦੀ ਚਿੜੀ ਹੈ, ਇਹਨੂੰ ਸੋਨੇ ਦੀ ਚਿੜੀ ਹੀ ਰਹਿਣ ਦਿਓ। ਸਾਰਿਆਂ ਅੱਗੇ ਹੱਥ ਜੋੜ ਕੇ ਇਹੀ ਰਿਕੁਐਸਟ ਹੈ, ਅਤੇ ਸਾਰੇ ਨਸ਼ੇ ਤਿਆਗੋ, ਅਤੇ ਪੰਜਾਬ ਨੂੰ, ਪੰਜਾਬ ਇੱਕ ਬਹੁਤ ਸੋਹਣਾ ਪੰਜਾਬ ਜਿਹੜਾ ਸਾਡਾ ਹੈ, ਇਹਨੂੰ ਉੱਦਾਂ ਹੀ ਸੋਹਣਾ ਹੀ ਬਰਕਰਾਰ ਰੱਖੋ, ਸਾਰੇ ਇਸ ਨਸ਼ਿਆਂ ਨੂੰ ਤਿਆਗ ਕੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ। ਥੈਂਕ ਯੂ। ਅਤੇ ਅਮਰ ਜੀ, ਤੁਹਾਡੇ ਨਾਲ ਗੱਲਬਾਤ ਕੀਤੀ ਹੈ, ਸਾਨੂੰ ਬਹੁਤ ਅੱਛਾ ਲੱਗਿਆ, ਅਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਬਸ ਮੇਰੀ ਸਾਰਿਆਂ ਨੂੰ ਇਹੀ ਮੈਸੇਜ ਹੈ ਕਿ ਮੇਰੇ ਵੱਲੋਂ ਤਾਂ ਫਿਰ ਦੁਬਾਰਾ ਮੈਂ ਥੈਂਕਸ ਕਰਦਾ ਅਮੇਜ਼ਿੰਗ ਟੀਵੀ ਵਾਲਿਆਂ ਦਾ, ਤੁਸੀਂ ਸਾਰੇ ਵੱਧ ਚੜ੍ਹ ਕੇ ਇਹ ਜਿਹੜੇ ਅਮੇਜ਼ਿੰਗ ਟੀਵੀ ਵਾਲਿਆਂ ਨੇ ਜਿਹੜਾ ਉਪਰਾਲਾ ਕੀਤਾ ਹੈ, ਵਰਿੰਦਰ ਜੀ ਔਰ ਸਾਡੇ ਭਰਾ ਸਾਹਿਲ ਮਹਿਰਾ ਜੀ ਜਿਹੜੇ ਬਹੁਤ ਮਿਹਨਤ ਕਰਦੇ ਨੇ, ਸਾਰੇ ਕਲਾਕਾਰਾਂ ਨੂੰ ਅੱਗੇ ਲੈ ਕੇ ਆਉਂਦੇ ਨੇ, ਔਰ ਸਾਰੇ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾਉਂਦੇ ਨੇ, ਔਰ ਸਾਰੇ ਜਿਹੜੇ ਇਹ ਦੇਖ ਰਹੇ ਨੇ, ਸਾਰਿਆਂ ਨੂੰ ਮੇਰਾ ਇੱਕੋ ਹੀ ਮੈਸੇਜ ਹੈ, ਇਹ ਪੰਜਾਬ ਜਿਹੜਾ ਹੈ ਇਹਨੂੰ ਬਚਾ ਲਓ, ਇਹਨੂੰ ਬਚਾ ਲਓ, ਇਹਨੂੰ ਬਚਾ ਲਓ, ਇਹ ਪੰਜਾਬ ਜਿਹੜਾ ਸੋਨੇ ਦੀ ਚਿੜੀ ਹੈ ਇਹਨੂੰ ਇੱਦਾਂ ਹੀ ਰੱਖੋ, ਪਰਮਾਤਮਾ ਦੇ ਪ੍ਰਤੀ ਧਿਆਨ ਰੱਖੋ, ਆਪਣੇ ਮਾਂ ਬਾਪ ਦੀ ਸੇਵਾ ਕਰੋ, ਅਤੇ ਧੀਆਂ ਦਾ ਸਤਿਕਾਰ ਕਰੋ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਇਹ ਸੀਗੇ ਜੀ ਅਮਿਤ ਅਨਕੋਟੀ, ਅਤੇ ਹੁਣ ਅਸੀਂ ਆਪਣੇ ਚੈਨਲ ਰਾਹੀਂ ਅਮੇਜ਼ਨ ਟੀਵੀ ਰਾਹੀਂ ਉਹ ਸਾਡੇ ਪੰਜਾਬ ਦੇ ਜੋ ਵੀ ਹੀਰੇ ਇਸ ਤਰ੍ਹਾਂ ਦੇ ਹੀਰੇ ਆ ਅਸੀਂ ਬਾਹਰ ਬੈਠੇ ਸਾਰਿਆਂ ਨੂੰ ਦਿਖਾਵਾਂਗੇ ਸਾਡੇ